ਸਤਿ ਸ਼੍ਰੀ ਅਕਾਲ ਜੀ, ਮੈਂ ਦਲਜੀਤ ਦੁਸਾਂਝ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ। ਮੈਂ ਇੱਕ ਵੀਡੀਓ ਦੇਖੀ ਆ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਤੁਹਾਡੇ ਨਾਲ ਵੀ ਅਤੇ ਇੱਕ ਕਾਂਗਰਸ ਦੇ ਐਮਪੀ ਨੇ, ਮੈਂ ਉਹਨਾਂ ਨੂੰ ਵੀ ਸੰਬੋਧਨ ਹੋਣਾ ਚਾਹੁੰਦਾ। ਸ਼ਾਇਦ ਉਹਨਾਂ ਨੂੰ ਕੋਈ ਮਿਸਅੰਡਰਸਟੈਂਡਿੰਗ ਹੈ। ਉਹਨਾਂ ਨੂੰ ਮੇਰੇ ਇੱਕ ਗਾਣੇ ਤੋਂ ਪ੍ਰੋਬਲਮ ਹੈ ਜਿਹੜਾ ਮੈਂ ਗਾ ਕੇ ਸੋਸ਼ਲ ਮੀਡੀਆ 'ਤੇ ਪਿਛਲੇ ਦੌਰਾਨ ਪਾਇਆ। ਗਾਣੇ ਦਾ ਨਾਮ ਹੈ ਰੰਗਰੂਟ, ਫਿਲਮ ਪੰਜਾਬ 1984 'ਚ ਮੈਂ ਉਹ ਗਾਇਆ ਸੀ। ਫਸਟ ਆਫ ਆਲ ਤਾਂ ਮੈਂ ਇਹ ਦੱਸਾਂ ਜੀ ਕਿ ਜਿਹੜਾ ਗਾਣਾ ਮੈਂ ਗਾ ਕੇ ਪਾਇਆ ਸੋਸ਼ਲ ਮੀਡੀਆ 'ਤੇ, ਇਹ ਕੋਈ ਗਾਣਾ ਨਵਾਂ ਨਹੀਂ ਹੈ। ਇਹ 2014 'ਚ ਫਿਲਮ ਰਿਲੀਜ਼ ਹੋਈ ਸੀ ਪੰਜਾਬ 1984, ਉਹਦੇ ਵਿੱਚ ਇਹ ਗਾਣਾ ਗਾਇਆ ਗਿਆ ਸੀ। ਇੰਡੀਅਨ ਗੌਰਮੈਂਟ ਸੈਂਸਰ ਬੋਰਡ ਵੱਲੋਂ ਇਹ ਫਿਲਮ ਪਾਸ ਹੈ। ਉਹਦਾ ਹਰ ਇੱਕ ਸੀਨ, ਉਹਦਾ ਹਰ ਇੱਕ ਗਾਣਾ ਪਾਸ ਹੋ ਕੇ ਥੀਏਟਰ ਦੇ ਵਿੱਚ ਚੱਲਿਆ, ਹਰ ਪੰਜਾਬੀ ਚੈਨਲ ਦੇ ਉੱਤੇ ਚੱਲਿਆ। ਜਦੋਂ ਫਿਲਮ ਇੰਡੀਅਨ ਗੌਰਮੈਂਟ ਸੈਂਸਰ ਬੋਰਡ ਪਾਸ ਕਰਦੀ ਹੈ, ਉਦੋਂ ਹੀ ਥੀਏਟਰ 'ਚ ਲੱਗਦੀ ਹੈ, ਉਦੋਂ ਹੀ ਉਹਦਾ ਗਾਣਾ ਵੱਜ ਸਕਦਾ, ਉਦੋਂ ਹੀ ਉਹਦੇ ਸੀਨ ਜਿਹੜੇ ਉਹ ਥੀਏਟਰ 'ਚ ਚੱਲ ਸਕਦੇ ਨੇ। ਸੋ ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗਾ ਕਿ ਜਿਹੜਾ ਮੈਂ ਗਾਣਾ ਗਾਇਆ ਉਹ ਆਲਰੇਡੀ ਇੰਡੀਅਨ ਗੌਰਮੈਂਟ ਸੈਂਸਰ ਬੋਰਡ ਤੋਂ ਪਾਸ ਹੈ। ਸੈਕਿੰਡ ਗੱਲ ਮੈਂ ਤੁਹਾਨੂੰ ਇਹ ਵੀ ਦੱਸਣੀ ਚਾਹੁੰਦਾ ਜੀ ਕਿ ਇਹ ਜਿਹੜੀ ਫਿਲਮ ਦੀ ਗੱਲ ਹੋ ਰਹੀ ਹੈ, ਜਿਹੜੇ ਗਾਣੇ ਦੀ ਗੱਲ ਹੋ ਰਹੀ ਹੈ, ਫਿਲਮ ਪੰਜਾਬ 1984 ਨੂੰ ਇੰਡੀਆ ਵੱਲੋਂ ਨੈਸ਼ਨਲ ਅਵਾਰਡ ਪ੍ਰਾਪਤ ਹੈ। ਸੋ ਜਿਹੜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਵੇ, ਉਸ ਫਿਲਮ ਦੇ ਗਾਣੇ ਨੂੰ ਜਿਹੜਾ 2014 'ਚ ਰਿਲੀਜ਼ ਹੋਇਆ ਹੋਵੇ, ਉਹਨੂੰ ਆਪਣੇ ਸੋਸ਼ਲ ਮੀਡੀਆ 'ਤੇ ਗਾ ਕੇ ਪਾਉਣ ਦੇ ਖਿਲਾਫ ਅੱਜ ਸਰ ਕਹਿ ਰਹੇ ਨੇ ਕਿ ਪਰਚਾ ਦਰਜ ਹੋਣਾ ਚਾਹੀਦਾ, ਉਹ ਕਿਸ ਤਰ੍ਹਾਂ ਹੁਣ ਹੋ ਸਕਦਾ ਮੈਨੂੰ ਉਸ ਗੱਲ ਦਾ ਨਹੀਂ ਪਤਾ। ਤੁਸੀਂ ਆਪਣੀ ਰਾਏ ਜ਼ਰੂਰ ਦਿਓ। ਜਿਹੜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਵੇ, ਜਿਹੜੀ ਫਿਲਮ ਸੈਂਸਰ ਬੋਰਡ ਤੋਂ ਪਾਸ ਹੋਵੇ, ਜਿਹਦਾ ਹਰ ਇੱਕ ਗਾਣਾ ਸੈਂਸਰ ਬੋਰਡ ਤੋਂ ਪਾਸ ਹੋਵੇ, ਹਰ ਇੱਕ ਸੀਨ ਸੈਂਸਰ ਬੋਰਡ ਤੋਂ ਪਾਸ ਹੋ ਕੇ ਥੀਏਟਰ 'ਚ ਚੱਲਿਆ ਹੋਵੇ, ਅੱਜ ਉਹਨੂੰ ਮੁੱਦਾ ਕਿਉਂ ਬਣਾਇਆ ਜਾ ਰਿਹਾ, ਅੱਜ ਉਸ ਬਿਹਾਫ 'ਤੇ ਕਿੱਦਾਂ ਪਰਚਾ ਦਰਜ ਹੋ ਸਕਦਾ, ਮੈਨੂੰ ਸ਼ਾਇਦ ਉਸ ਗੱਲ ਦਾ ਨਹੀਂ ਪਤਾ। ਤੁਸੀਂ ਆਪਣੀ ਰਾਏ ਜ਼ਰੂਰ ਦਿਓ। ਹਾਂ, ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਮੈਂ ਇੰਡੀਆ ਦਾ ਟੈਕਸ ਪੇਅਰ ਨਾਗਰਿਕ ਹਾਂ। ਜਦੋਂ ਵੀ ਕੋਈ ਪ੍ਰੋਬਲਮ ਆਈ ਹੈ ਇੰਡੀਆ 'ਤੇ ਜਾਂ ਪੰਜਾਬ 'ਤੇ, ਅਸੀਂ ਹਮੇਸ਼ਾ ਮੁੱਢੇ ਦੇ ਨਾਲ ਮੁੱਢਾ ਜੋੜ ਕੇ ਖੜੇ ਹਾਂ। ਬਟ ਅੱਜ ਇਸ ਗੱਲ ਨੂੰ ਕਿਉਂ ਮੁੱਦਾ ਬਣਾਇਆ ਜਾ ਰਿਹਾ ਮੈਨੂੰ ਇਸ ਗੱਲ ਦਾ ਨਹੀਂ ਪਤਾ। ਸ਼ਾਇਦ ਸਰ ਨੂੰ ਇਹ ਗੱਲ ਕਲੀਅਰ ਹੋ ਗਈ ਹੋਵੇ, ਸ਼ਾਇਦ ਮੈਂ ਸਮਝਾ ਸਕਿਆ ਹੋਵਾਂ ਜੋ ਮੈਂ ਕਹਿਣਾ ਚਾਹੁੰਦਾ। ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦਿਓ। ਬਹੁਤ ਬਹੁਤ ਪਿਆਰ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਾਂ।